ਸੋਚਿਆ ਚਲੋ ਪਿੰਡ 'ਚ ਦੁਕਾਨ 'ਤੇ ਜਾ ਕੇ ਆਉਂਦੇ, ਕੁਛ ਖਾ ਕੇ ਆਉਂਦੇ ਹਾਂ। ਤਾਂ ਪਿੰਡ ਦੀ ਮਸ਼ਹੂਰ ਦੁਕਾਨ 'ਤੇ ਬੈਠੇ ਸੀ ਆ ਦੋ ਦੋਸਤ, ਫਿਰ ਡਿਸਾਈਡ ਕਰ ਰਹੇ ਸੀਗੇ ਕੀ ਖਾਣਾ, ਅਤੇ ਮੈਂ ਇੱਧਰ ਉੱਧਰ ਵਲੋਗ ਜੇ ਸ਼ੂਟ ਕਰਦਾ ਫਿਰ ਰਿਹਾ ਸੀ ਆ, ਤਾਂ ਉਹਨੂੰ ਡਿਸਾਈਡ ਕਰ ਰਹੇ ਸੀ। ਅਤੇ ਕੁਲਚਾ 'ਤੇ ਆਪਾਂ ਨੇ ਨੂਡਲ ਮੰਗਾ ਲਈ, ਆ ਦੇਖੋ ਆ ਗਏ ਇਹਨਾਂ ਦੇ, ਆਪਾਂ ਨੇ ਅਸਥੈਟਿਕ ਸ਼ੋਟ 'ਚ ਦਿਖਾਇਆ। ਤਾਂ ਉਹਨੂੰ ਗੇਮ ਖੇਡਣ 'ਚ ਬਿਜ਼ੀ ਸੀ, ਸੋਚਿਆ ਮੈਂ ਖਾ ਲਵਾਂ, ਇਹ ਮੈਂ ਆਪਣੇ ਦੋਸਤ ਅੱਗੇ ਬੁਰਕੀ ਹੁਣ ਕਰਾਂਗਾ। ਅਤੇ ਫਿਰ ਮੈਂ ਸੋਚਿਆ ਚਲੋ ਮੈਂ ਹੀ ਖਾ ਲੈਂਦਾ, ਤਾਂ ਮੈਂ ਹੀ ਖਾ ਲਈ। ਅਤੇ ਫਿਰ ਆਹ ਬੰਦਾ ਕਹਿੰਦਾ ਮੈਂ ਐਕਸਪੈਰੀਮੈਂਟ ਕਰਦਾ, ਇਹਨੇ ਨੂਡਲ ਅਤੇ ਅੰਮ੍ਰਿਤਸਰੀ ਕੁਲਚਾ ਤੁਹਾਨੂੰ ਮਿਕਸ ਕਰਕੇ ਖਾ ਕੇ ਦਿਖਾਇਆ, ਤਾਂ ਕਹਿੰਦਾ ਬੜਾ ਸਵਾਦ ਏ। ਤਾਂ ਇਹਨੂੰ ਸਵਾਦ ਲੱਗਿਆ, ਫਿਰ ਉਸ ਤੋਂ ਬਾਅਦ ਖਾ ਪੀ ਕੇ ਹੱਥ ਹੁੱਥ ਧੋ ਕੇ ਅਸੀਂ, ਫਿਰ ਮੈਂ ਪੇਮੈਂਟ ਪੂਮੈਂਟ ਕੀਤੀ ਆ, ਜਲਦੀ ਰਾਜਾ ਲੈ ਲਿਆ ਐਂਡ 'ਚ ਮੈਂ ਪੀਣ ਨੂੰ, ਕਿਉਂਕਿ ਸਵਾਦ ਹੁੰਦਾ ਏ। ਫਿਰ ਉਸ ਤੋਂ ਬਾਅਦ ਅਸੀਂ ਬਾਈਕ 'ਤੇ ਬੈਠ ਕੇ ਘਰ ਨੂੰ ਆ ਗਏ ਵਾਪਿਸ। ਅਤੇ ਆਹ ਦੋਨੋਂ ਦੋਸਤ ਸੀਗੇ ਮੇਰੇ ਨਾਲ, ਆ ਵੀ ਮੇਰੇ ਨਾਲ ਹੀ ਘਰ ਆ ਗਏ, ਏ ਸੀ ਉਸੀ ਚਲਾਇਆ ਸੀ, ਗਰਮੀ ਬੜੀ ਸੀ ਨਾ, ਇਸ ਕਰਕੇ ਬੈਠੇ। ਆਹ ਦੋਸਤ ਵੈਬ ਸੀਰੀਜ਼ ਜੀ ਡਾਊਨਲੋਡ ਕਰ ਰਹੇ ਸੀ, ਮੈਂ ਇਹਦੇ ਨਾਲ ਪੰਗੇ ਲੈ ਲਏ, ਤਾਂ ਫਿਰ ਸਾਡੀ ਪੀਲੋ ਫਾਈਟ ਚੱਲ ਗਈ, ਅਤੇ ਇਹਨੇ ਮੈਨੂੰ ਮਾਰਿਆ, ਮੇਰਾ ਫੋਨ ਫੋਨ ਵੀ ਗਿਰਦੇ ਗਿਰਦੇ ਬਚ ਗਿਆ। ਤਾਂ ਬਸ ਐਂ ਲੜ ਲੁੜ ਕੇ ਅਸੀਂ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਹਾਂ। ਤਾਂ ਬਸ ਇੱਥੇ ਆਪਣੇ ਵਲੋਗ ਨੂੰ ਐਂਡ ਕਰਦੇ ਹਾਂ।